बीते दिना 75वां पंजाब स्टेट IMA कॉन्फ्रेंस पीमाकॉन 2022 का आयोजन नवांशहर विखे किया गया, जिस विच पंजाब के सेहत मंत्री डॉक्टर बलबीर सिंह बतौर मुख मेहमान शामिल हुए। कॉन्फ्रेंस की शुरुआत शमा रोशन करके की गई। इस मौके आईया शख्सियतां नूं नवांशहर दे इतिहास तो जाणू करवाउण लई एक डॉक्यूमेंट्री का प्रसारण भी किया गया। डॉक्टर अमरिंदर सिंह सैनी ने आईया शख्सियतां दा मंच तो स्वागत किया। इज द 75th एडिशन ऑफ पीमाकॉन। सो द ऑन द 75th इट इज नॉट अ स्मॉल नंबर। इट स्टार्टेड इन द प्री इंडिपेंडेंस एरा एंड टुडे वी आर ऑल हियर इन नवांशहर ऑन द 75th एनिवर्सरी ऑफ द इवेंट। So the occasion today has been graced by our worthy Health Minister, Dr. Balbir Singh Ji. Sir, thank you for accepting our request. Lastly, on behalf of the entire team IMA Nawanshahr, I thank you all for coming to this event. Thank you so much. Punjab de Sehat Mantri vallon nave chune gaye IMA President Dr. Bhagwant Singh nu collar pehnaun di rasam ada kiti. Is mauke maniyog Sehat Mantri vallon पीमाकॉन 2022 का सोविनर जारी किया गया। डॉक्टर परमजीत मान वालों मंच तो संबोधन करदिया कहा कि वी दी मेंबर्स ऑफ IMA पंजाब एंड IMA नवांशहर वेलकम यू ऑल टू द सिटी ऑफ नवांशहर विच इज द लैंड ऑफ शहीद आजम सरदार भगत सिंह जी। वी आर ब्लेस्ड that we are living on the land of Shaheed Azam, who is always a driving force for us. That's why we have dedicated this 75th Platinum Jubilee Conference of the Punjab, which is PIMACON, dedicated to Shaheed Azam Sardar Bhagat Singh. We feel privileged and proud that we can name his name on everything, on every theme. So I hope you have liked it. इस मौके आईयां मान मतियां शख्सियतां नूं पंजाब दे सेहत मंत्री द्वारा सम्मानित भी किया गया। IMA पंजाब के नवे चुने गए प्रधान डॉक्टर भगवंत सिंह ने अपने संबोधन विच कहा शहीद आजम
ਸਰਦਾਰ ਭਗਤ ਸਿੰਘ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਅਤੇ ਸਟੇਜ 'ਤੇ ਵਿਰਾਜਮਾਨ ਸਾਡੇ ਹਰਮਨ ਪਿਆਰੇ ਆਪਣੇ ਸਤਿਕਾਰਯੋਗ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ, ਜੋ ਕਿ ਅੱਖਾਂ ਦੇ ਮਹਾ ਡਾਕਟਰ ਹਨ, ਸਾਡੇ ਆਪਣੀ IMA ਦੇ ਬਹੁਤ ਹੀ ਸਰਗਰਮ ਮੈਂਬਰ, IMA ਪਟਿਆਲਾ ਦੇ ਪੂਰੇ ਪ੍ਰਧਾਨ ਅਤੇ ਹੁਣ ਪੈਟਰਨ ਸਰ ਨੇ ਮੈਡੀਕਲ ਫੀਲਡ ਦੇ ਵਿੱਚ ਹਰੇਕ ਖੇਤਰ 'ਚ ਕੰਮ ਕੀਤਾ ਹੋਇਆ, ਜਿਵੇਂ ਕਿ ਸਰਕਾਰੀ ਪ੍ਰਾਈਵੇਟ ਪ੍ਰੈਕਟਿਸ ਅਤੇ ਮੈਡੀਕਲ ਕਾਲਜ ਦੀ ਟੀਚਿੰਗ। ਸੋ ਇਹਨਾਂ ਨੂੰ ਸਾਡੇ ਸਿਹਤ ਮਹਿਕਮੇ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਬਾਰੇ ਭਲੀ ਭਾਂਤੀ ਪਤਾ, ਇਹਨਾਂ ਨੂੰ ਕੁਛ ਵੀ ਦੱਸਣ ਦੀ ਜ਼ਰੂਰਤ ਨਹੀਂ। ਇਹਨਾਂ ਦੇ ਹੁੰਦਿਆਂ ਸਾਨੂੰ ਸਿਰਫ ਅਤੇ ਸਿਰਫ ਪੰਜਾਬ ਨੂੰ ਸਿਹਤ ਦੇ ਕੇ ਅੱਗੇ ਵਧਾਉਣ ਦੀ ਲੋੜ ਹੈ, ਹੋਰ ਕਿਸੇ ਚੀਜ਼ ਬਾਰੇ ਸੋਚਣ ਦੀ ਜ਼ਰੂਰਤ ਨਹੀਂ। ਡਾਕਟਰ CS ਪ੍ਰਿਥੀ, ਪ੍ਰੈਜ਼ੀਡੈਂਟ ਇੰਡੀਅਨ ਮੈਡੀਕਲ ਕਾਉਂਸਲ, ਨੇ ਮੰਚ ਤੋਂ ਸੰਬੋਧਨ ਕਰਦੇ ਕਿਹਾ ਕਿ ਅੱਜ ਦੀ ਪੀਮਾਕੌਨ ਕਾਨਫਰੰਸ ਜਿਹੜੀ ਡਾਕਟਰ ਪਰਮਜੀਤ ਸਿੰਘ ਮਾਨ ਜੀ ਨੇ ਨਵਾਂਸ਼ਹਿਰ ਦੇ ਵਿੱਚ ਔਰਗਨਾਈਜ਼ ਕੀਤੀ, ਮੈਂ ਸਮਝਦਾ ਇਹ ਉਹਨਾਂ ਦੀ ਇੱਕ ਹਿਊਮਨ ਐਫਰਟ ਸੀ ਕਿ ਇਸ ਇਲਾਕੇ ਦੇ ਵਿੱਚ ਇੱਕ ਬਹੁਤ ਕਾਮਯਾਬ ਤਰੀਕੇ ਦੇ ਨਾਲ ਇਹ ਕਾਨਫਰੰਸ ਕੀਤੀ। ਗੈਦਰਿੰਗ ਦੇਖ ਕੇ ਪਤਾ ਲੱਗਦਾ ਕਿ ਡਾਕਟਰ ਸਾਹਿਬ ਨੇ ਅਤੇ ਉਹਨਾਂ ਦੇ ਸਾਥੀਆਂ ਨੇ, ਜਿਹੜੀ ਉਹਨਾਂ ਦੀ ਟੀਮ ਸੀ, ਬਹੁਤ ਹੀ ਜ਼ੋਰ ਲਾ ਕੇ ਇਸ ਕਾਨਫਰੰਸ ਨੂੰ ਬਹੁਤ ਕਾਮਯਾਬ ਬਣਾਇਆ। ਇਸ ਕਾਨਫਰੰਸ ਦੇ ਵਿੱਚ ਵੱਖਰੀਆਂ ਵੱਖਰੀਆਂ ਬਿਮਾਰੀਆਂ ਬਾਰੇ, ਜਿਸ ਤਰ੍ਹਾਂ ਦਿਲ ਦੀਆਂ ਬਿਮਾਰੀਆਂ, ਕੈਂਸਰ ਦੀ ਬਿਮਾਰੀ, ਦਿਮਾਗ, ਰੀੜ੍ਹ ਦੀ ਹੱਡੀ, ਗੁਰਦੇ ਦੀ ਬਿਮਾਰੀਆਂ ਬਾਰੇ ਲੇਟੈਸਟ ਡਾਇਗਨੋਸਿਸ ਅਤੇ ਉਹਨਾਂ ਦੀਆਂ ਲੇਟੈਸਟ ਟੈਕਨੀਕਸ ਆਫ ਟ੍ਰੀਟਮੈਂਟ ਬਾਰੇ ਡਿਸਕਸ਼ਨ ਹੋਈ, ਅਤੇ ਮੈਂ ਸਮਝਦਾ ਇਸ ਤੋਂ ਸਾਡੇ ਸਾਰੇ ਡਾਕਟਰਸ, ਚਾਹੇ ਉਹ ਗੌਰਮੈਂਟ ਦੇ ਵਿੱਚ ਨੇ ਅਤੇ ਚਾਹੇ ਉਹ ਪ੍ਰਾਈਵੇਟ ਦੇ ਵਿੱਚ ਨੇ, ਉਹਨਾਂ ਨੂੰ ਕਾਫੀ ਲਾਭ ਮਿਲੇਗਾ। ਅਤੇ ਨਾਲ ਹੀ ਅਸੀਂ ਆਪਣੇ ਪੇਸ਼ੈਂਟਸ ਨੂੰ, ਜਿਹੜਾ ਕਿਸੇ ਵੀ ਤਰ੍ਹਾਂ ਦੀ ਵੀ ਕੋਈ ਬਿਮਾਰੀ ਤੋਂ ਸਫ਼ਰ ਕਰ ਰਹੇ ਨੇ, ਅਸੀਂ ਉਹਨਾਂ ਨੂੰ ਨਵੀਨਤਮ ਟੈਕਨੀਕ ਦੇ ਨਾਲ ਇਲਾਜ ਕਰਕੇ ਉਹਨਾਂ ਨੂੰ ਕਾਫੀ ਫਾਇਦਾ ਪਹੁੰਚਾ ਸਕਾਂਗੇ। ਮੁੱਖ ਮਹਿਮਾਨ ਡਾਕਟਰ ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ, ਨੇ ਆਪਣੇ ਸੰਬੋਧਨ ਵਿੱਚ IMA ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੇਰੇ ਵੱਡੇ ਵੀਰ ਪ੍ਰੋਫੈਸਰ ਜਗਮੋਹਨ ਸਿੰਘ ਜੀ, ਜਿਹੜੇ ਕਿ ਨਾਮ ਤੋਂ ਪ੍ਰੋਫੈਸਰ ਹੈ ਔਰ ਆਪਣੇ ਕੰਮ ਤੋਂ ਪ੍ਰੋਫੈਸਰ ਹੈ ਯੂਨੀਵਰਸਿਟੀ ਦੇ ਵਿੱਚ, ਬਹੁਤ ਵੱਡੀ ਇਹਨਾਂ ਦੀ ਕੰਟਰੀਬਿਊਸ਼ਨ ਹੈ। ਔਰ ਇਹਨਾਂ ਨੇ ਉਚੇਚੇ ਤੌਰ 'ਤੇ ਐਸੋਸੀਏਸ਼ਨ ਫੋਰ ਡੈਮੋਕਰੈਟਿਕ ਰਾਈਟਸ ਨਾਂ ਦੀ ਸੰਸਥਾ ਬਣਾ ਕੇ ਇਹਨਾਂ ਨੇ ਲੋਕਾਂ ਨੂੰ, ਜੋ ਸ਼ਹੀਦ ਆਜ਼ਮ ਦੀ ਸੋਚ ਸੀ ਉੱਤੇ ਪਹਿਰਾ ਦਿੰਦੇ ਹੋਏ, ਬਹੁਤ ਸਾਰੇ ਲੋਕ ਜਿਹੜੇ ਜ਼ਬਰ ਅਤੇ ਜ਼ੁਲਮ ਦਾ ਸਰਕਾਰਾਂ ਦਾ ਸ਼ਿਕਾਰ ਹੁੰਦੇ ਸੀ, ਉਹਨਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡਾ, ਹੋਰ ਇਹਨਾਂ ਦੀਆਂ ਬਹੁਤ ਸਾਰੀਆਂ ਉਪਲੱਬਧੀਆਂ ਸਾਡੇ ਵਿੱਚ ਅੱਜ ਹਾਜ਼ਰ ਨੇ। ਅਬਦੁਲ ਮਜੀਦ ਚੌਧਰੀ ਪਾਕਿਸਤਾਨ ਤੋਂ, ਸ਼ਹੀਦ ਆਜ਼ਮ ਭਗਤ ਸਿੰਘ, ਉਹਦੇ ਸਹਿਯੋਗੀਆਂ ਨੇ, ਰਾਜਗੁਰੂ ਸੁਖਦੇਵ, ਜਿੰਨੀਆਂ ਵੀ ਮੈਂ ਨਾਂ ਲੈ ਸਕਾਂ, ਉਹਨਾਂ ਨੇ ਕੁਰਬਾਨੀਆਂ ਯੂਨਾਈਟਡ ਇੰਡੀਆ ਵਾਸਤੇ ਦਿੱਤੀਆਂ ਸਨ, ਔਰ ਉਹਨਾਂ ਨੇ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਜਿਹੜੇ ਆਪਣਾ ਅਲਟੀਮੇਟ ਸੈਕਰੀਫਾਈਸ ਸੀਗਾ, ਇੱਕ 23 ਸਾਲ ਦੇ ਬੱਚੇ ਤੋਂ ਇਹਨਾਂ ਗੱਲਾਂ ਦੀ ਉਮੀਦ ਰੱਖਣਾ, ਜਦੋਂ ਉਹਨੂੰ ਪਤਾ ਸੀ ਕਿ ਮੇਰੀ ਜ਼ਿੰਦਗੀ ਦੇ ਕੁਛ ਦਿਨ ਹੈ, ਜਦੋਂ ਉਹਨੂੰ ਫਾਂਸੀ ਵਾਸਤੇ ਲੈਣ ਆਇਆ ਉਦੋਂ ਵੀ ਉਹ ਲੈਣ ਦੀ ਮਾਰਕਸ ਦੀ ਕਿਤਾਬ ਪੜ੍ਹ ਰਿਹਾ ਸੀ ਅਤੇ ਉਹ ਵਰਕਾ ਮੋੜ ਗਿਆ ਸੀ, ਅਤੇ ਉਹ ਉੱਥੋਂ ਆਪਾਂ ਸ਼ੁਰੂ ਕਰਨਾ। ਮੈਂ ਹੁਣ ਅੱਗੇ ਆਉਂਦਾ ਜੀ, ਪ੍ਰੋਫੈਸਰ ਅਬਦੁਲ ਮਜੀਦ ਚੌਧਰੀ ਜੀ, ਡਾਕਟਰ ਦਲਜੀਤ ਸਿੰਘ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਡਾਕਟਰ RS ਪਰਮਾਰ ਜੀ, KS ਪੁਰੇਵਾਲ ਜੀ, DS ਸੰਧੂ ਜੀ, ਸੁੱਖੀ MLA ਜੀ, ਨਛੱਤਰਪਾਲ MLA ਜੀ, ਪ੍ਰੋਫੈਸਰ ਸੂਚ, ਡਾਕਟਰ ਸੂਚ, ਡਾਕਟਰ ਨਵਜੋਤ ਦਈਆ ਜੀ, ਡਾਕਟਰ ਅਮਰਿੰਦਰ, ਮੈਂ ਜਿਹੜਾ ਤੁਹਾਡੇ ਪ੍ਰੈਜੀਡੈਂਟ ਹੈ ਸੀਗੇ, ਆਊਟਗੋਇੰਗ ਪ੍ਰੈਜੀਡੈਂਟ, ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਨਾਂ ਲਿਖ ਕੇ ਦੇ ਦਿਓ, ਕਹਿੰਦੇ ਡਾਕਟਰ ਸਾਹਿਬ ਜਿਹਨਾਂ ਨੂੰ ਤੁਸੀਂ ਜਾਣਦੇ ਉਹਨਾਂ ਦੇ ਬੋਲ ਦਿਓ। ਮੈਂ ਕਹਿੰਦੀ ਸ਼ਾਮ ਪੈ ਜਾਊਗੀ, ਜੇ ਮੈਂ ਦਿੱਲੀ ਬਾਰਡਰ 'ਤੇ ਬੈਠਾ ਸੀ ਇੱਥੋਂ ਨਵਾਂਸ਼ਹਿਰ ਤੋਂ ਲੈ ਕੇ, ਮੈਂ ਹੁਣ ਵੀ ਨਾਂ ਨਹੀਂ ਲੈ ਰਿਹਾ ਆਪਣੇ ਜਾਣ ਬੁੱਝ ਕੇ, ਔਰ ਜੇ ਮੈਂ ਕਸ਼ਮੀਰ ਦੇ ਵਿੱਚ ਮਿਸ਼ਨ ਕਸ਼ਮੀਰ ਲੈ ਕੇ ਗਿਆ ਉਹਦੇ ਵਿੱਚ ਵੀ 30 ਡਾਕਟਰ ਤਾਂ ਪਾਰਟੀਸਪੇਟ ਕਰਦੇ ਸੀ, ਉਹਨੂੰ ਸਪੋਰਟ ਕਰਨ ਵਾਲੇ 300 ਸੀ, ਦਿੱਲੀ 'ਤੇ ਮੈਨੂੰ ਸਪੋਰਟ ਕਰਨ ਵਾਲੇ ਸ਼ਾਇਦ 3500 ਸੀ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਇਸ ਮੌਕੇ ਸਾਡੀ ਟੀਮ ਨਾਲ ਪੀਮਾਕੌਨ 2022 ਵਿੱਚ ਹਾਜ਼ਰ ਨਾਮਵਰ ਸ਼ਖਸੀਅਤਾਂ ਨੇ ਇਸ ਆਯੋਜਨ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਨਸ਼ੇ ਨੂੰ ਅਸੀਂ ਦੋ ਹਿੱਸਿਆਂ 'ਚ ਵੰਡ ਰਹੇ ਹਾਂ, ਇੱਕ ਹੈਗਾ ਨਸ਼ੇ ਦੀ ਸਮਗਲਿੰਗ, ਨਸ਼ੇ ਦੀ ਸਪਲਾਈ ਜਿਹਦੇ ਨਾਲ ਪੁਲਿਸ ਡੀਲ ਕਰੇਗੀ, ਦੂਜਾ ਹੈਗਾ ਕਿ ਨਸ਼ਾ ਜਿਹੜੀ ਡਰੱਗ ਅਡਿਕਸ਼ਨ ਹੈ ਵਿੱਚ ਇਜ਼ ਅ ਮੈਂਟਲ ਹੈਲਥ ਇਸ਼ੂ,
ਉਹਦੇ ਨਾਲ ਜਿਹੜਾ ਮੇਰਾ ਮਹਿਕਮਾ ਹੈਗਾ ਸਾਰਾ ਜਿਹੜਾ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਐਜੂਕੇਸ਼ਨ, ਅਸੀਂ ਉਹਦੇ 'ਤੇ ਐਪੀਡੀਮੋਲੋਜੀਕਲ ਸਟੱਡੀਜ਼ ਵੀ ਕਰਾਂਗੇ, ਰਿਸਰਚ ਵੀ ਕਰਾਂਗੇ ਕਿ ਉਹਦੇ ਕਾਰਨ ਕੀ ਹੈ, ਔਰ ਉਹਦੇ ਵਿੱਚ ਅਸੀਂ ਇੰਟਰਵੈਂਸ਼ਨ ਸਟੱਡੀ ਜਿਹੜੀ ਹੈਗੀਆਂ ਅਸੀਂ ਰੈਂਡੋਮਾਈਜ਼ ਟ੍ਰਾਇਲ ਵੀ ਕਰਾਂਗੇ, ਔਰ ਸਾਡਾ ਇਹ ਪੱਕਾ ਨਿਸ਼ਚਾ ਸਾਡੇ ਮੁੱਖ ਮੰਤਰੀ ਦਾ, ਉਹਨਾਂ ਦੀ ਪੂਰੀ ਟੀਮ ਦਾ, ਜਿਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ, ਕਿ ਅਸੀਂ ਪੰਜਾਬ ਦੇ ਬੱਚਿਆਂ ਨੂੰ ਅਗਲੇ 6 ਮਹੀਨੇ ਦੇ ਵਿੱਚ ਟੀਕੇ ਲਾਉਣੇ ਬੰਦ ਕਰਾਉਣੇ ਉਹਨਾਂ ਦੇ, ਔਰ ਆਉਣ ਵਾਲੇ ਜਿਹੜੇ ਸਾਲ 2 ਸਾਲ ਦੇ ਵਿੱਚ ਅਸੀਂ ਬੱਚਿਆਂ ਨੂੰ ਨਸ਼ੇ ਦੀ ਜਿਹੜੀ ਦਲਦਲ ਹੈ ਇਹਦੇ ਵਿੱਚੋਂ ਬਾਹਰ ਕੱਢਣਾ, ਔਰ ਇਹ ਅਸੀਂ ਜਿਹੜਾ ਹੈਗਾ ਅਸੀਂ ਦਿਨ ਰਾਤ ਇਹਦੇ ਵਾਸਤੇ ਮਿਹਨਤ ਕਰਾਂਗੇ। ਇਸੇ ਮਕਸਦ ਨਾਲ ਮੈਂ ਜਿਹੜਾ IMA ਨੂੰ ਬੇਨਤੀ ਕੀਤੀ ਆ, ਔਰ ਉਹਨਾਂ ਨੇ ਕਬੂਲ ਕੀਤੀ ਆ, ਅਸੀਂ ਸਾਰੇ ਜਿੰਨੇ ਵੀ ਹੈਲਥ ਪ੍ਰੋਫੈਸ਼ਨਲ ਹੈ ਅਸੀਂ ਮਿਲ ਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਕਿਉਂਕਿ ਜੇ ਮੈਂ ਗੱਲ ਕਰਾਂ ਈਵਨ ਜਿਹੜੇ ਪਸ਼ੂ ਹੈ ਉਹ ਖੁਦ ਮਰ ਜਾਣਗੇ, ਚਾਹੇ ਤੁਸੀਂ ਡੋਗਸ ਦੀ ਕੁੱਤਿਆਂ ਦੀ ਗੱਲ ਕਰ ਲਓ, ਤੁਸੀਂ ਕਿਸੇ ਵੀ ਜਾਨਵਰ ਦੀ ਗੱਲ ਕਰ ਲਓ, ਆਪਣੀ ਅਗਲੀ ਪੀੜ੍ਹੀ ਨੂੰ ਮਰ ਨਹੀਂ ਦਿੰਦੇ। ਅਤੇ ਅਸੀਂ ਇਨਸਾਨ ਹੋ ਕੇ ਅਸੀਂ ਇਹ ਕੰਮ ਸਾਨੂੰ ਅਸੀਂ ਜ਼ਰੂਰ ਕਰਾਂਗੇ, ਇਹ ਸਾਨੂੰ ਵੀ ਕਰਨਾ ਚਾਹੀਦਾ। ਸੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਔਰ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਵੱਡਾ ਸੁਪਨਾ ਹੈ, ਔਰ ਮੇਰੀ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਮੈਂ ਜ਼ਰੂਰ ਪੂਰੀ ਕਰਾਂਗਾ। ਬਹੁਤ ਬਹੁਤ ਧੰਨਵਾਦ ਜੀ। ਮੈਂ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਸਾਡੇ ਆਊਟਗੋਇੰਗ ਪ੍ਰਧਾਨ ਪਰਮਜੀਤ ਮਾਨ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਉਹਨਾਂ ਦੇ ਅੱਛੇ ਕਾਰਗੁਜ਼ਾਰੀ 'ਤੇ, ਔਰ ਭਗਵੰਤ ਸਿੰਘ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਟੇਕ ਓਵਰ ਕਰਨ 'ਤੇ। ਡਾਕਟਰਸ ਜਿਹੜੇ ਹਨ ਉਹਨਾਂ ਨੇ ਸੁਸਾਇਟੀ ਦੇ ਵਿੱਚ ਕਦੀ ਧਰਮ ਨੂੰ ਅੱਗੇ ਨਹੀਂ ਲਿਆਂਦਾ, ਜਾਤ ਪਾਤ ਨੂੰ ਅੱਗੇ ਨਹੀਂ ਲਿਆਂਦਾ। ਜਦੋਂ ਵੀ ਮਰੀਜ਼ ਦੇਖਦੇ ਆ ਤਾਂ ਉਹ ਸਦਾ ਹੀ ਦੇਖਦੇ ਆ ਕਿ ਇਸ ਮਰੀਜ਼ ਨੂੰ ਤਕਲੀਫ ਕੀ ਆ, ਉਸ ਦੀ ਤਕਲੀਫ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ। ਔਰ ਅਸੀਂ ਡਾਕਟਰਸ ਦੇ ਲਈ ਸਾਡੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਆ ਗਈਆਂ ਜਿਨ੍ਹਾਂ ਨੂੰ ਅਸੀਂ ਖਤਮ ਕਰਨਾ, ਐਜ਼ ਏ ਡਾਕਟਰ ਜਿਹੜੇ ਅਸੀਂ ਸੋਸ਼ਲ ਸਰਵਿਸ ਦੇ ਤੌਰ 'ਤੇ ਕੰਮ ਕਰਨਾ ਚਾਹੁੰਦੇ ਹਾਂ। ਇੰਨਾ ਪਿਆਰ ਮੁਹੱਬਤ ਇੱਥੇ ਮਿਲਦਾ ਹੈ ਜਦੋਂ ਵੀ ਮੈਂ ਆਉਂਦਾ, ਮੈਂ ਕੋਈ ਮੇਰਾ ਖਿਆਲ 10-15 ਦਫਾ ਆ ਚੁੱਕਾ ਹੋਵਾਂਗਾ, ਔਰ ਇਹੀ ਹਾਲ ਹੁੰਦਾ ਜਦੋਂ ਅਸੀਂ ਲੋਕਾਂ ਨੂੰ ਬੁਲਾਈਦਾ ਉੱਥੇ, ਦੇ ਆਰ ਸੋ ਹੈਪੀ, ਲਾਈਫ ਟਾਈਮ ਮੈਮਰੀਜ਼। ਔਰ ਮੈਡੀਕਲ ਦੇ ਸ਼ੋਬੇ ਦੇ ਵਿੱਚ ਤਾਂ ਇੱਕ ਦੂਸਰੇ ਕੋਲੋਂ ਸਿੱਖਣਾ ਚਾਹੀਦਾ ਕਿ ਜੀ ਜਿਹੜੀਆਂ ਚੀਜ਼ਾਂ ਇੱਥੇ ਚੰਗੀਆਂ ਨੇ ਕੁਛ ਉੱਥੇ ਚੰਗੀਆਂ ਨੇ, ਮਿਲ ਜੁਲ ਕੇ ਰਹਿਣਾ ਚਾਹੀਦਾ, ਸੁਲਾਹ ਸਫਾਈ ਸ਼ਾਂਤੀ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ, ਔਰ ਉਸਨੂੰ ਪ੍ਰੋਪੀਗੇਟ ਕਰਨਾ ਚਾਹੀਦਾ। ਅੱਜ ਦਾ ਜਿਹੜਾ ਈਵੈਂਟ ਹੈ ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਪਵਿੱਤਰ ਧਰਤੀ ਨਵਾਂਸ਼ਹਿਰ 'ਚ ਪੰਜਾਬ ਦੀ ਪਲੈਟੀਨਮ ਜੁਬਲੀ ਪੀਮਾਕੌਨ ਜਿਹੜੀ ਪੰਜਾਬ IMA ਕਾਨਫਰੰਸ ਹੈ ਉਹਦੇ 'ਤੇ ਹੋਇਆ। ਉਹਦੇ ਵਿੱਚ ਮੈਨੂੰ ਅਗਲੇ 2023 ਸਾਲ ਦਾ ਸੂਬੇ ਦਾ IMA ਦਾ ਪ੍ਰੈਜ਼ੀਡੈਂਟ ਬਣਨ ਦਾ ਮਾਣ ਪ੍ਰਾਪਤ ਹੋਇਆ। ਅਤੇ IMA ਹਿੰਦੁਸਤਾਨ ਦੀ ਤਕਰੀਬਨ ਓਲਡੈਸਟ ਜਿਹੜੀਆਂ ਉਹ ਐਸੋਸੀਏਸ਼ਨ ਹੈ ਉਹਨਾਂ 'ਚੋਂ ਹੈ। ਇਹਦੀ ਸਥਾਪਨਾ 1928 'ਚ ਹੋਈ ਸੀ, ਜਿਹੜੀ ਕਿ ਤਕਰੀਬਨ ਅੱਜ ਜੇ ਗਿਣਿਆ ਜਾਵੇ ਤਾਂ 94 ਸਾਲ ਪੂਰੇ ਕਰ ਚੁੱਕੀ ਹੈ। 3.5 ਲੱਖ ਮੈਂਬਰ ਨੇ ਇਹਦੇ। ਸਭ ਤੋਂ ਵੱਧ ਸਕਿੱਲਡ ਵਰਕਰਸ ਦੀ ਇੱਕ ਇਹ ਐਸੋਸੀਏਸ਼ਨ ਹੈ, ਜਿਹੜੀ ਕਿ ਡਾਕਟਰਸ ਦੀ ਉਹਨਾਂ ਨੂੰ ਆਪਣੀ ਵਿੱਦਿਆ ਦੇ ਪ੍ਰਸਾਰ ਅਤੇ ਉਹਨਾਂ ਦੀ ਡਿਗਨਿਟੀ ਅਤੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਨਜਿੱਠਣ ਲਈ ਬਣਾਈ ਗਈ ਸੀ। ਇਹ ਵਲੰਟਰੀ ਔਰਗਨਾਈਜੇਸ਼ਨ ਹੈ ਜਿਹਦੇ 'ਚ ਕਿ ਸਰਕਾਰੀ, ਗੈਰ ਸਰਕਾਰੀ, ਪ੍ਰਾਈਵੇਟ ਅਤੇ ਟੀਚਿੰਗ ਫੈਕਲਟੀ ਸਾਰੇ ਇਸ ਦੇ ਮੈਂਬਰ ਹਨ। ਸਰ, ਇਹ ਈਵੈਂਟ ਜਿਹੜਾ ਸੀਗਾ IMA ਵੱਲੋਂ ਨਵਾਂਸ਼ਹਿਰ ਵੱਲੋਂ ਔਰਗਨਾਈਜ਼ ਕੀਤਾ ਸੀਗਾ, ਜਿਸ ਦੇ ਵਿੱਚ ਪਰਮਜੀਤ ਸਰ ਅਤੇ ਔਡੀਚਸਕਾ ਪ੍ਰੋਡਕਸ਼ਨ ਟੀਮ ਹਾਊਸ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਆਊਟ ਕੀਤਾ, ਜਿਹਦੇ ਵਿੱਚ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਸੁਣਨ ਨੂੰ ਮਿਲਿਆ, ਬਹੁਤ ਸਾਰੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਕਿ ਮਾਸਕ ਕਿੱਦਾਂ ਡਾਲਿਆ ਜਾ ਸਕਦਾ ਬਾਏ ਡਾਕਟਰ ਅਰੁਣ ਲਖਨਪਾਲ ਸਰ, ਐਂਡ ਪਾਕਿਸਤਾਨ ਤੋਂ ਸਪੈਸ਼ਲੀ ਪ੍ਰੋਫੈਸਰ ਅਬਦੁਲ ਮਜਦ ਚੌਧਰੀ ਸਰ ਆਏ ਸੀਗੇ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਐਥਿਕਸ ਦੱਸੇ ਸੀਗੇ ਕਿ ਸਾਡੇ ਕੀ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਡਾਕਟਰੀ ਲਾਈਨ ਦੇ ਵਿੱਚ, ਸਰਜਰੀ ਲਾਈਨ ਦੇ ਵਿੱਚ। ਅਤੇ ਸਾਨੂੰ ਬਹੁਤ ਸਾਰੇ ਹੋਰ ਓਫਿਸ਼ਲਸ, ਡਾਕਟਰ ਯਸ਼ੂ ਪਾਟਿਲ, ਡਾਕਟਰ ਅਸ਼ਵਨੀ ਸੂਦ ਸਰ, ਡਾਕਟਰ ਰਮਨ ਚਾਵਲਾ ਸਰ, ਕਾਰਡੀਓਲੋਜਿਸਟ, ਨਿਊਰੋਲੋਜਿਸਟ, ਇੰਨੇ ਸਾਰੇ ਸਾਈਕੈਟ੍ਰਿਸਟਸ, ਤਰੀਕੇ ਦੇ ਮੈਡੀਕਲ ਲਾਈਨ ਦੇ ਐਸੋਸੀਏਟਸ ਜਿਹੜੇ ਸੀਗੇ ਸਾਨੂੰ ਮਿਲੇ, ਅਤੇ ਨਾਲੇ ਸਾਨੂੰ ਉਹਨਾਂ ਨੂੰ ਜਾਣਨ ਨੂੰ ਮਿਲਿਆ, ਅਤੇ ਉਹਨਾਂ ਸਾਰਿਆਂ ਦਾ ਵੇ ਆਫ ਐਕਸਪਲੇਨੇਸ਼ਨ ਬਹੁਤ ਹੀ ਚੰਗਾ ਸੀਗਾ। ਇਹ ਕਾਨਫਰੰਸ 75th ਪਲੈਟੀਨਮ ਜੁਬਲੀ ਹੈ, ਸਾਨੂੰ ਮਾਣ ਪ੍ਰਾਪਤ ਹੋਇਆ ਇਸ ਨਵਾਂਸ਼ਹਿਰ ਨੂੰ, ਨਵਾਂਸ਼ਹਿਰ ਬ੍ਰਾਂਚ ਨੂੰ, ਕਿ ਸਾਨੂੰ ਇਹ 75th ਪਲੈਟੀਨਮ ਜੁਬਲੀ ਹੋਲਡ ਕਰਨ ਦਾ ਮੌਕਾ ਮਿਲਿਆ। ਅਤੇ ਇਸ ਦੇ ਵਿੱਚ ਇਹ 75th ਹੋਣ ਦੇ ਨਾਤੇ ਇਹ ਹਿਸਟੋਰੀਕਲ ਵੀ ਹੈ, ਕਿਉਂਕਿ ਜਦੋਂ ਫਸਟ ਪੀਮਾਕੌਨ ਹੋਈ ਸੀ ਉਹ ਅਨਡਿਵਾਈਡਿਡ ਪੰਜਾਬ ਦੇ ਵਿੱਚ ਹੋਈ ਸੀ, ਉਦੋਂ ਇੰਡੀਆ ਪਾਕਿਸਤਾਨ ਇਕੱਠੇ ਸਨ, ਬਟ ਭਾਵੇਂ ਇਹ ਬਾਰਡਰ ਬਣ ਗਏ ਪਰ ਅੱਜ ਦੋਨਾਂ ਕੰਟਰੀਜ਼ ਦਾ, ਸਾਡੇ ਮੈਡੀਕਲ ਕਮਿਊਨਿਟੀ ਦਾ ਆਪਸ ਵਿੱਚ ਪ੍ਰੋਫੈਸ਼ਨਲ ਰਿਸ਼ਤਾ ਇਹੋ ਜਿਹਾ ਹੈਗਾ ਕਿ ਅੱਜ ਇਸ ਕਾਨਫਰੰਸ ਦੇ ਵਿੱਚ ਪਿਛਲੇ 3 ਦਿਨ ਤੋਂ ਪਾਕਿਸਤਾਨ ਤੋਂ ਵੀ ਡੈਲੀਗੇਟ ਆਏ ਹੋਏ ਸੀ,
ਜਿਵੇਂ ਕਿ ਲਾਹੌਰ ਮੈਡੀਕਲ ਕਾਲਜ ਦੇ ਡੀਨ, ਸਾਡੇ ਇੱਥੋਂ ਦੇ ਪਟਿਆਲਾ ਦੇ ਪ੍ਰਿੰਸੀਪਲ, ਡੀ ਐੱਮ ਸੀ ਹੋਸਪਿਟਲ ਲੁਧਿਆਣਾ ਦੇ ਫੋਰਮਰ ਪ੍ਰਿੰਸੀਪਲ, ਵਾਈਸ ਚਾਂਸਲਰ ਐੱਸ ਜੀ ਆਰ ਡੀ ਅੰਮ੍ਰਿਤਸਰ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰੈਜ਼ੀਡੈਂਟ, ਆਦੇਸ਼ ਯੂਨੀਵਰਸਿਟੀ ਦੇ ਡਾਇਰੈਕਟਰ, ਹੋਰ ਬਹੁਤ ਸਾਰੇ ਸਾਡੇ ਪਾਸਟ ਪ੍ਰੈਜ਼ੀਡੈਂਟਸ, ਜਿਨ੍ਹਾਂ 'ਚ 20-25 ਮਹਾਨ ਸ਼ਖਸੀਅਤਾਂ ਸਨ, ਡਾਕਟਰ ਆਰ ਐੱਸ ਪਰਮਾਰ, ਐੱਸ ਪੀ ਐੱਸ ਸੂਚ, ਨਵਜੋਤ ਦਈਆ, ਡਾਕਟਰ ਮਨੋਜ ਸੋਬਤੀ, ਇਹ ਸਾਰੇ ਇਸ ਕਾਨਫਰੰਸ ਦਾ ਹਿੱਸਾ ਸਨ। ਇਸ ਕਾਨਫਰੰਸ ਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਹੀ ਨਹੀਂ ਬਲਕਿ ਹਿੰਦੁਸਤਾਨ ਤੋਂ ਅਤੇ ਫੋਰਨ ਕੰਟਰੀਜ਼ ਤੋਂ ਵੀ ਸਾਡੇ ਡੈਲੀਗੇਟਸ ਆਏ ਹੋਏ ਨੇ, ਜਿਹੜੇ ਕਿ 2 ਦਿਨ ਸਾਰੇ ਹੀ ਟੌਪਿਕਸ 'ਤੇ ਕੈਂਸਰ ਅਵੇਅਰਨੈਸ 'ਤੇ, ਸਾਡੇ ਡੇ ਟੂ ਡੇ ਡਾਕਟਰਸ ਨੂੰ ਜਿਹੜੀ ਪ੍ਰੋਬਲਮਸ ਆ ਰਹੀਆਂ ਹਨ, ਜਿਹੜੀਆਂ ਪ੍ਰੋਬਲਮਸ ਅਸੀਂ ਡਿਊਰਿੰਗ ਪ੍ਰੈਕਟਿਸ ਫੇਸ ਕਰ ਰਹੇ ਹਾਂ, ਜਾਂ ਪੇਸ਼ੈਂਟਸ ਨੂੰ ਅਸੀਂ ਕਿਸ ਤਰ੍ਹਾਂ ਬੈਸਟ ਸਰਵਿਸਿਜ਼ ਦੇ ਸਕਦੇ ਹਾਂ, ਉਸ ਦੇ ਬਾਰੇ ਹੀ 2 ਦਿਨ ਦੇ ਵਿੱਚ ਇਹ ਚਰਚਾ ਚੱਲਦੀ ਹੈ। ਵੱਖ ਵੱਖ ਬੁਲਾਰੇ ਇੱਥੇ ਆਪਣੇ ਵਿਚਾਰ ਪੇਸ਼ ਕਰਦੇ ਹਨ ਅਤੇ ਐਨਾਲਿਸਿਸ ਕਰਕੇ ਹੋਰ ਰਿਸਰਚ ਵਰਕ ਕੀਤਾ ਜਾਂਦਾ ਕਿ ਹੋਰ ਅਸੀਂ ਇਹਨਾਂ ਸੇਵਾਵਾਂ ਨੂੰ ਬਿਹਤਰ ਕਿਵੇਂ ਬਣਾਈਏ। 75ਵੀਂ ਪੀਮਾਕੌਨ ਹੈ, 75 ਸਾਲ ਪਹਿਲਾਂ ਸ਼ੁਰੂ ਹੋਈ ਸੀ ਪੰਜਾਬ ਦੇ, ਪੰਜਾਬ ਸਟੇਟ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਚੈਪਟਰ 'ਚ ਪੰਜਾਬ ਹੈ, ਉਸ ਦੀ ਹਰ ਸਾਲ ਇੱਕ ਐਨੂਅਲ ਕਾਨਫਰੰਸ ਕੀਤੀ ਜਾਂਦੀ ਹੈ, ਜਿਹਦੇ ਵਿੱਚ ਪੂਰੇ ਪੰਜਾਬ ਤੋਂ ਔਰ ਪੰਜਾਬ ਤੋਂ ਬਾਹਰ ਦੇ ਵੀ ਡੈਲੀਗੇਟਸ ਆਉਂਦੇ ਨੇ। ਇਸ ਵਾਰ ਇਹ ਨਵਾਂਸ਼ਹਿਰ ਦੇ ਵਿੱਚ ਹੋ ਰਹੀ ਹੈ ਔਰ 2000 ਤੋਂ ਜ਼ਿਆਦਾ ਡੈਲੀਗੇਟਸ ਇਸ ਕਾਨਫਰੰਸ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ। ਇਹਦੇ ਵਿੱਚ ਐਕਡੈਮਿਕ ਸੈਸ਼ਨ ਹੁੰਦਾ ਹੈ, ਜਿਹਦੇ ਵਿੱਚ ਅਸੀਂ ਲੇਟੈਸਟ ਜੋ ਮੈਡੀਕਲ ਟੌਪਿਕਸ ਨੇ, ਜੋ ਅਪਡੇਟਸ ਨੇ, ਉਹਦੇ 'ਚ ਕੰਟੀਨਿਊਡ ਮੈਡੀਕਲ ਐਜੂਕੇਸ਼ਨ ਪ੍ਰੋਗਰਾਮ ਦੇ ਵਿੱਚ ਆਪਣੇ ਡਾਕਟਰਸ ਨੂੰ ਉਹਨਾਂ ਤੋਂ ਜਾਣੂ ਕਰਵਾਉਂਦੇ ਹਾਂ, ਉਹਨਾਂ 'ਤੇ ਲੈਕਚਰਸ ਹੁੰਦੇ ਨੇ ਔਰ ਨਾਲ ਹੀ ਅਸੀਂ ਆਪਣੀਆਂ ਐਸੋਸੀਏਸ਼ਨ ਦੀਆਂ ਜੋ ਐਕਟੀਵਿਟੀਜ਼ ਨੇ ਉਹਨਾਂ ਦੀ ਸਾਡੀ ਇੱਕ ਮੀਟਿੰਗ ਹੁੰਦੀ ਹੈ, ਜੋ ਫਿਊਚਰ ਨੈਕਸਟ ਈਅਰ ਦੇ ਲਈ ਜੋ ਪ੍ਰੋਗਰਾਮ ਨੇ ਉਹਨਾਂ ਬਾਰੇ ਸੋਚਿਆ ਜਾਂਦਾ ਔਰ ਡੈਲੀਬਰੇਟ ਕੀਤਾ ਜਾਂਦਾ ਹੈ। ਤਾਂ ਇੱਥੇ ਅਸੀਂ ਪੜ੍ਹਾਈ ਦੇ ਨਾਲ ਨਾਲ ਸਾਰੀਆਂ ਆਪਣੀਆਂ ਜੋ ਮੁਸ਼ਕਲਾਤਾਂ ਡੇ ਟੂ ਡੇ ਹੁੰਦੀਆਂ ਨੇ ਉਹ ਅਸੀਂ ਇੱਕ ਦੂਜੇ ਨਾਲ ਡਿਸਕਸ ਕੀਤੀਆਂ ਔਰ ਸਭ ਤੋਂ ਵਧੀਆ ਮੌਕਾ ਹੁੰਦਾ ਇੱਕ ਦੂਜੇ ਨਾਲ ਸੋਸ਼ਲਾਈਜ਼ ਕਰ ਲੈਣ ਦਾ, ਕਿਉਂਕਿ ਇੱਕ ਪਲੇਟਫਾਰਮ 'ਤੇ ਸਾਰੇ ਪੰਜਾਬ ਤੋਂ ਇੱਕ ਦੂਜੇ ਨੂੰ ਅਸੀਂ ਮਿਲ ਲੈਂਦੇ ਹਾਂ ਔਰ ਇੱਕ ਦੂਜੇ ਦਾ ਜੋ ਆ ਇੱਕ ਦੂਜੇ ਨਾਲ ਸੋਸ਼ਲਾਈਜ਼ ਕਰ ਸਕਦੇ ਹਾਂ। ਸੋ ਇਹ ਡਾਕਟਰਾਂ ਲਈ ਅਤੇ ਸਮਾਜ ਲਈ ਜਿਹੜਾ ਇਹ ਬਹੁਤ ਵਧੀਆ ਮੌਕਾ ਹੁੰਦਾ ਜਿੱਥੇ ਕਿ ਮੈਡੀਕਲ ਨੌਲੇਜ ਵੀ ਵੰਡੀ ਜਾਂਦੀ ਹੈ ਅਤੇ ਡਾਕਟਰਾਂ ਦੀਆਂ ਪ੍ਰੋਬਲਮਾਂ ਦਾ ਹੱਲ ਵੀ ਲੱਭਿਆ ਜਾਂਦਾ ਹੈ। ਇਸ ਪ੍ਰਕਾਰ ਇਹ ਆਯੋਜਨ ਆਪਣੇ ਆਪ ਵਿੱਚ ਬਹੁਤ ਹੀ ਸਾਰਥਕ ਅਤੇ ਯਾਦਗਾਰੀ ਹੋਣੇ ਬੜਿਆ।